ਵਸ ਜੇ ਖਾਸ ਕਰੀ ਪੁੱਛਿਆ ਇਹਦਾ ਇੱਕ ਪਾਸਪੋਰਟ ਸੀਗਾ ਇਹਦਾ ਜੀ ਆਪਣੇ $3800 ਸੀਗਾ ਮੈਡਮ ਸੀ ਮੇਰੇ ਨਾਲ ਇਹਨਾਂ ਨਾਲ ਸਨੈਚ ਕਰ ਲਿਆ ਇਹਨਾਂ ਦਾ ਬੈਗ ਸਨੈਚ ਕਰਕੇ ਭੱਜ ਗਏ ਰਿਪੋਰਟ ਲਿਖਾਉਣ 'ਤੇ ਵੀ ਤੁਹਾਨੂੰ ਕੋਈ ਰਿਕਵਰੀ ਮਿਲਣੀ ਨਹੀਂ ਹੈ ਨਾ ਇਸ ਕਰਕੇ ਅਸੀਂ ਬੈਟਰ ਇਹ ਸਮਝਿਆ ਹੋਰ ਜ਼ਿਆਦਾ ਉੱਥੇ ਹਰਾਸਮੈਂਟ ਹੋਣ ਦੇ ਹੋ ਨਾ ਹੋਈ ਅਸੀਂ ਕਿਉਂਕਿ ਉੱਥੇ ਲੋਕਾਂ ਨੇ ਤਮਾਸ਼ਾ ਦੇਖਣ ਨੂੰ ਇਕੱਠੇ ਹੋ ਜਾਣਾ ਸੀਗਾ ਸਕੂਲ ਕਾ ਨਹੀਂ ਬਿੱਲੇ ਤੁਹਾਨੂੰ ਚੱਲ ਆਵੇ ਦੁਆ ਇੱਕ ਜਾਣਾ ਸੀਗਾ ਆਏ ਹੋਏ ਅਤੇ ਇਸ ਕਰਕੇ ਇਹ ਤਾਂ ਜਿੱਦਾਂ ਕਾਫੀ ਨਰਵਸ ਹੋ ਗਈ ਸੀ ਡਿੱਗਣ ਨੂੰ ਫਿਰਦੀ ਸੀ ਅਸੀਂ ਰਸ਼ੀਆ ਤੋਂ ਆਏ ਹਾਂ ਜੀ ਠੀਕ ਹੈ ਅੱਗੇ ਵੀ ਆਉਂਦੇ ਹਾਂ ਅੱਗੇ ਵੀ ਹਾਂਜੀ ਕਾਫੀ ਵਾਰ ਅਸੀਂ ਟੂਰ ਆਰਗਨਾਈਜ਼ ਕਰ ਚੁੱਕੇ ਹਾਂ ਇੱਥੇ ਅਤੇ ਇਸ ਵਾਰ ਅਸੀਂ ਆਏ ਸੀਗੇ ਰਿਸ਼ੀਕੇਸ਼ ਆਏ ਸੀਗੇ ਹਰ ਵਾਰੀ ਗਰੁੱਪ ਲੈ ਕੇ ਆਉਂਦੇ ਹਾਂ ਹਰ ਵਾਰੀ ਗਰੁੱਪ ਦੇ ਨਾਲ ਕਿੰਨੇ ਜਣਿਆਂ ਦਾ ਗਰੁੱਪ ਹੁੰਦਾ ਐਤਕੀ ਸਾਡਾ ਡਿਫਰੈਂਟ ਟਾਈਮ 'ਤੇ ਡਿਫਰੈਂਟ ਗਰੁੱਪ ਹੁੰਦੇ ਸਾਡੇ ਐਤਕੀ ਮੇਰਾ 3 ਜਣਿਆਂ ਦਾ ਗਰੁੱਪ ਸੀ ਅਤੇ ਇਹ ਕਿੰਨੇ ਦਿਨਾਂ ਦਾ ਸੀਗਾ ਤੁਹਾਡਾ ਟੂਰ ਸਾਡਾ ਟੂਰ ਸੀਗਾ ਇਹ 2 ਵੀਕਸ ਦਾ ਟੂਰ ਹੈ ਕੀ ਮਾਮਲਾ ਕੀ ਹੋਇਆ ਜਿਹੜਾ ਸਾਰਾ ਦਾ ਬਿਮਾਰ ਸਾਡੇ ਨਾਲ ਐਕਚੁਅਲੀ ਅਸੀਂ ਆਏ ਸੀਗੇ ਰਿਸ਼ੀਕੇਸ਼ ਤੋਂ ਸਾਡੀ ਟ੍ਰੇਨ ਸੀਗੀ ਆਪਣੇ ਜਲੰਧਰ ਵਾਸਤੇ ਅਤੇ ਅਸੀਂ ਫਗਵਾੜੇ ਜਦੋਂ ਉਤਰੇ ਹਾਂ ਟ੍ਰੇਨ 'ਚੋਂ ਸਾਨੂੰ ਜਿੱਦਾਂ ਰਿਸੀਵ ਕਰਨ ਵਾਸਤੇ ਮੁੰਡਾ ਆਇਆ ਮੇਰਾ ਫਰੈਂਡ ਅਤੇ ਉਸ ਤੋਂ ਪਹਿਲਾਂ ਹੀ ਅਸੀਂ ਪਲੇਟਫਾਰਮ ਦੇ ਉੱਤੇ ਉਤਰੇ ਹੀ ਹਾਂ ਉੱਥੇ ਹੀ ਸਾਡੇ ਨਾਲ ਇੱਕ ਮੈਡਮ ਸੀ ਮੇਰੇ ਨਾਲ ਇਹਨਾਂ ਨਾਲ ਸਨੈਚ ਕਰ ਲਿਆ ਇਹਨਾਂ ਦਾ ਬੈਗ ਸਨੈਚ ਕਰਕੇ ਭੱਜ ਗਏ ਲੋਕ ਇਹ ਵੀ ਰਸ਼ੀਆ ਤੋਂ ਆਏ ਹਾਂਜੀ ਰਸ਼ੀਆ ਤੋਂ ਕਿੰਨੀ ਵਾਰ ਆਏ ਇੱਥੇ ਇਹ ਨਹੀਂ ਸੈਕਿੰਡ ਟਾਈਮ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਕਾਫੀ ਅਸੀਂ ਉੱਥੇ ਜਿੱਦਾਂ ਨਰਵਸ ਸੀਗੇ ਅਸੀਂ ਕੁਛ ਰਿਪੋਰਟ ਵਗੈਰਾ ਅਸੀਂ ਕੁਛ ਨਹੀਂ ਲਿਖਾਈ ਤੁਹਾਨੂੰ ਪਤਾ ਇੱਥੇ ਦਾ ਸਿਸਟਮ ਜਿੱਦਾਂ ਮੇਰੇ ਹਿਸਾਬ ਨਾਲ ਕੁਛ ਰਿਪੋਰਟ ਲਿਖਾਉਣ 'ਤੇ ਵੀ ਤੁਹਾਨੂੰ ਕੋਈ ਰਿਕਵਰੀ ਮਿਲਣੀ ਨਹੀਂ ਹੈ ਨਾ ਇਸ ਕਰਕੇ ਅਸੀਂ ਬੈਟਰ ਇਹ ਸਮਝਿਆ ਹੋਰ ਜ਼ਿਆਦਾ ਉੱਥੇ ਹਰਾਸਮੈਂਟ ਹੋਣ ਦੇ ਹੋ ਨਾ ਹੋਈ ਅਸੀਂ ਕਿਉਂਕਿ ਉੱਥੇ ਲੋਕਾਂ ਨੇ ਤਮਾਸ਼ਾ ਦੇਖਣ ਨੂੰ ਇਕੱਠੇ ਹੋ ਜਾਣਾ ਸੀਗਾ ਇਸ ਕਰਕੇ ਅਸੀਂ ਕੋਈ ਰਿਪੋਰਟ ਉੱਥੇ ਨਹੀਂ ਲਿਖਾਈ ਨਹੀਂ ਕਿੰਨੇ ਜਾਣੇ ਸੀਗੇ ਜਿਨ੍ਹਾਂ ਨੇ ਬੈਗ ਖੋਇਆ ਵਾ ਅਤੇ ਇਹ ਤਕਰੀਬਨ 12 ਕੁ ਵਜੇ ਦੀ ਦਿਨ ਦੀ ਸੀ ਘਟਨਾ ਕਿੰਨੇ ਜਾਣੇ ਸੀਗੇ ਇਹ ਕੌਣ ਇਹ ਬੈਗ ਖੋਣ ਵਾਲੇ ਸਕੂਲ ਕਾ ਨਹੀਂ ਬਿੱਲੇ ਤੁਮ ਉਪਰਾਲੇ ਚੱਲ ਆਵੇ ਦੁਆ ਇੱਕ ਜਾਣਾ ਸੀਗਾ ਇੱਕ ਜਾਣਾ ਸੀ ਹਾਂਜੀ ਅਤੇ ਬੈਗ ਵਿੱਚ ਕੀ ਕੀਮਤੀ ਸਮਾਨ ਸੀ ਬੈਗ ਦੇ ਵਿੱਚ ਉਸ ਤੋਂ ਤਾਂ ਬਿੱਲ ਨਾ ਉਹ ਤਾਂ ਤੁਮ $3,800, $15,000 русских рублей, 9,000 ваших денег, карта и ключи. ਇਹਦਾ ਇੱਕ ਪਾਸਪੋਰਟ ਸੀਗਾ ਇਹਦਾ ਜੀ ਆਪਣੇ $3,800 ਸੀਗਾ ਅਤੇ 1500 ਜਿਹੜਾ ਰਸ਼ੀਅਨ ਕਰੰਸੀ ਸੀ 15,000 ਰਸ਼ੀਅਨ ਕਰੰਸੀ ਸੀਗੀ ਅਤੇ 9,000 ਰੁਪਇਆ ਇੰਡੀਅਨ ਰੁਪਏ ਸੀਗਾ ਅਤੇ ਇਹਦੇ ਘਰ ਦੀਆਂ ਚਾਬੀਆਂ ਸੀਗੀਆਂ ਉੱਧਰਲੀਆਂ ਕਾਰਡ ਸੀਗੇ ਇੱਧਰ ਰਸ਼ੀਅਨ ਕਾਰਡ ਸੀਗੇ ਇਹਦੇ ਜਦੋਂ ਇਹ ਘਟਨਾ ਘਟੀ ਆ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਤੁਸੀਂ ਜਾਂ ਸਟੇਸ਼ਨ ਤੇ ਕਿਸੇ ਪੁਲਿਸ ਨੂੰ ਕਿਹਾ ਗਿਆ ਨਹੀਂ ਉੱਥੇ ਅਸੀਂ ਇਹ ਬੈਟਰ ਕਿਉਂਕਿ ਅਸੀਂ ਟਾਇਰਡ ਬਹੁਤ ਸੀਗੇ ਇੱਥੇ ਸਫ਼ਰ 'ਚੋਂ ਆਏ ਹੋਏ ਅਤੇ ਇਸ ਕਰਕੇ ਇਹ ਤਾਂ ਜਿੱਦਾਂ ਕਾਫੀ ਨਰਵਸ ਹੋ ਗਈ ਸੀ ਡਿੱਗਣ ਨੂੰ ਫਿਰਦੀ ਸੀ ਇਸ ਕਰਕੇ ਅਸੀਂ ਮੈਂ ਇਹ ਬੈਟਰ ਸਮਝਿਆ ਕਿਉਂਕਿ ਜੇ ਇੱਥੇ ਆਪਾਂ ਅਸੀਂ ਕੁਛ ਕਰਦੇ ਤਾਂ ਉੱਥੇ ਤਮਾਸ਼ਾ ਲੱਗ ਜਾਣਾ ਸੀਗਾ ਲੋਕਾਂ ਨੇ ਭੀੜ ਦਾ ਤੁਹਾਨੂੰ ਪਤਾ ਲੋਕਾਂ ਨੂੰ ਤਮਾਸ਼ਾ ਦੇਖਣਾ ਸੀਗਾ ਇਸ ਕਰਕੇ ਅਸੀਂ ਉੱਥੇ ਕੁਛ ਵੀ ਨਹੀਂ ਕੀਤਾ ਅਸੀਂ ਵਾਪਸ ਆ ਗਏ ਸੀ ਹੁਣ ਕੰਪਲੇਂਟ ਕੀਤੀ ਕਿਸੇ ਨੇ ਹੁਣ ਅਸੀਂ ਹਾਂ SP ਸਾਹਿਬ ਕੋਲ ਗਏ ਸੀਗੇ ਕਪੂਰਥਲੇ ਅਤੇ ਉਹਨਾਂ ਨੂੰ ਅਸੀਂ ਧਿਆਨ ਦੇ ਵਿੱਚ ਗੱਲ ਲੈਣ ਦੀ ਉਹਨਾਂ ਦੇ ਠੀਕ ਹੈ ਉਹਨਾਂ ਨੇ ਕਿਹਾ
ਉਹ ਕਹਿੰਦੇ ਕਿ ਤੁਸੀਂ ਤਾਂ ਜਾਂ ਫਗਵਾੜੇ ਜਾ ਕੇ ਤੁਸੀਂ ਜਾਂ ਤਾਂ ਇੱਕ FIR ਕਰਵਾ ਦਿਓ ਜਾਂ ਇੱਕ ਹੋਰ DDR ਹੁੰਦੀ ਕੋਈ, ਮੈਨੂੰ ਤਾਂ ਇਹਨਾਂ ਡਿਟੇਲਾਂ ਦਾ ਪਤਾ ਨਹੀਂ, ਪਰ ਮੈਂ ਨਹੀਂ ਚਾਹੁੰਦਾ ਕਿ ਅਸੀਂ ਤਰੀਕਾਂ ਦੇ ਵਿੱਚ ਅਸੀਂ ਉਲਝੀਏ ਜਾਂ ਕਿੱਦਾਂ ਇਹਨੂੰ ਵੀ ਕੋਈ ਹੋਰ ਹਰਾਸਮੈਂਟ ਹੋਵੇ, ਇਸ ਕਰਕੇ ਅਸੀਂ ਬੈਟਰ ਇਹ ਆ ਸਾਨੂੰ ਚਲੋ ਜੋ ਲੋਸ ਹੋ ਗਿਆ ਹੁਣ ਕੀ ਕਰ ਸਕਦੇ ਹਾਂ, ਵਾਪਸ ਤਾਂ ਕਦੀ ਆਉਣਾ ਨਹੀਂ, ਵਾਪਸ ਅਸੀਂ ਪਰਸੋਂ ਦੀ ਹੈ। ਮੰਗ ਇਹੀ ਆ ਕਿ ਇਨ ਫਿਊਚਰ ਸਾਨੂੰ ਕੋਈ ਸਿਕਿਓਰ ਹੋਵੇ, ਕੋਈ ਯਾਨੀ ਹੋਰ ਨਾ ਕਿਸੇ ਨਾਲ ਇਹ ਕੋਈ ਘਟਨਾ ਹੋਵੇ। ਸਰਕਾਰਾਂ ਨੂੰ ਇਹ ਚਾਹੀਦਾ ਕਿ ਇੱਦਾਂ ਦੇ ਜਿਹੜੇ ਹੈਗੇ ਆ ਕੋਈ ਨਸ਼ੇੜੀ ਟਾਈਪ ਜਾਂ ਜਿਹੜੇ ਲੁੱਟਾਂ ਖੋਹਾਂ ਕਰਦੇ ਆ ਉਹਨਾਂ 'ਤੇ ਨੱਥ ਪਾਈ ਜਾਵੇ। ਕਿਉਂਕਿ ਤੁਸੀਂ ਪੰਜਾਬ ਆਉਂਦੇ ਹੋ ਖਾਸ ਕਰਕੇ, ਪੰਜਾਬ ਨੂੰ ਟੂਰਿਜ਼ਮ ਨੂੰ ਵੀ ਬੜਾਵਾ ਦਿੰਦੇ ਹੋ, ਅਤੇ ਫਿਰ ਵੀ ਇੱਦਾਂ ਦੀਆਂ ਜਿਹੜੀਆਂ ਹਰਕਤਾਂ ਹੁੰਦੀਆਂ, ਫਿਰ ਕਿਸ ਤਰ੍ਹਾਂ ਦੇਖਦੇ ਹੋ? ਦੇਖਦੇ ਇਹੀ ਸਾਡਾ ਹੁਣ ਹੌਸਲਾ ਟੁੱਟਦਾ ਸਾਡਾ, ਹੁਣ ਨੈਕਸਟ ਟਾਈਮ ਇਹ ਆ ਵੀ ਥੋੜ੍ਹਾ ਹੋਰ ਅਸੀਂ ਕੇਅਰਫੁਲ ਰਹਾਂਗੇ। ਇਹ ਵੀ ਇਹਨਾਂ ਦਾ ਵੀ ਜਿੱਦਾਂ ਹੁਣ ਵਿਸ਼ਵਾਸ ਜਿੱਦਾਂ ਡੋਲਦਾ, ਜਿੱਦਾਂ ਵੀ ਸੋਚਣਗੇ ਲੱਖ ਵਾਰ ਵੀ ਆਉਣ ਤੋਂ ਪਹਿਲਾਂ। ਮੇਰੀ ਤਾਂ ਇਹ ਐਫਰਟ ਸੀ ਵੀ ਮੈਂ ਚਲੋ ਇੱਥੇ ਆਪਣੇ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਗਰੋ ਕਰਾਂ, ਹੈ ਨਾ, ਕਿਉਂਕਿ ਮੇਰੇ ਕਾਫੀ ਮੇਰੇ ਸਟੂਡੈਂਟਸ ਹੈ ਜਿੱਦਾਂ ਇਹ ਆਉਣਾ ਚਾਹੁੰਦੇ ਆ, ਮੈਂ ਆਪਣਾ ਪੰਜਾਬ ਨੂੰ ਦੇਖਣਾ ਚਾਹੁੰਦੇ ਹਾਂ, ਅਤੇ ਆਲਰੇਡੀ ਮੈਂ ਔਰਗਨਾਈਜ਼ ਕਰਦਾ ਰਹਿੰਦਾ। ਅਤੇ ਇਹ ਹੁਣ ਜੇ ਇੱਦਾਂ ਦੀ ਹੈਪਨਿੰਗ ਹੋਣਗੀ ਫਿਰ ਸਾਨੂੰ ਥੋੜ੍ਹਾ ਜਿਹਾ ਡਿਸਕੰਫਰਟ ਮਹਿਸੂਸ ਹੋਊਗੀ, ਅਤੇ ਇਹ ਵੀ ਸੋਚਣਗੇ ਆਉਣ ਤੋਂ ਪਹਿਲਾਂ।